ਚੌਧਰੀ ਵੀ ਲੌਕ ਕੁਛ ਆਉਂਦੇ ਅੱਜ ਦੀ ਵੀਡੀਓ ਬਈ ਇੰਟਰਸਟਿੰਗ ਹੈ ਕਿਹੜੇ ਇਹ ਵੀਡੀਓ ਪਹਿਲੀ ਦਫਾ ਦੇਖ ਰਹੇ ਨੇ ਉਹ ਪਲੀਜ਼ ਨੂੰ ਸਬਸਕ੍ਰਾਈਬ ਕਰ ਦੇਣ ਤੇ ਕਿੰਨਾਂ ਨੇ ਪਹਿਲੇ ਸਬਸਕ੍ਰਾਈਬ ਕੀਤਾ ਹੋਇਆ ਹੈ ਉਹ ਦੁਬਾਰਾ ਸਬਸਕ੍ਰਾਈਬ ਕਰਨਾ ਤਾਂ ਕਿ ਆਉਣ ਵਾਲੇ ਚੰਗੇ-ਜੰਗੇ ਵੀਡੀਓ ਤੁਹਾਨੂੰ ਮਿਲ ਸਕਣ ਬਾਦਸ਼ਾਹ ਸਲਾਮਤ ਬੜਾ ਪਰੇਸ਼ਾਨ ਸੀ ਕਿਉਂਕਿ ਮੌਲਕ ਦੇ ਹਾਲਾਤ ਕਿਹੜੇ ਸੀ ਬਹੁਤ ਖਰਾਬ ਸਾਰੇ ਮੁਲਕ ਦੇ ਵਿੱਚ ਕਰਪਸ਼ਨ ਫੈਲੀ ਹੋਈ ਸੀ ਕਦੋਂ ਦਿਲ ਕਰੇ ਕਿ ਨੂੰ ਫੜ ਲੈਂਦੇ ਸੀ ਕਿ ਨਾ ਦਿਲ ਕਰਦਾ ਛੱਡ ਦਿੰਦੇ ਸੀ ਹਰ ਵਜ਼ੀਰ ਨੇ ਆਪਣੇ ਆਪਣੇ ਰਿਸ਼ਤੇਦਾਰਾਂ ਨੂੰ ਕਿਸੇ ਨੂੰ مشیر ਲਾਇਆ ਸੀ ਕਿਸੇ ਨਫਸਰ ਲਾਇਆ ਸੀ ਲਾਈਕ ਦਿਸ ਪਾਕਿਸਤਾਨ ਜੈਸਰ ਪਾਕਿਸਤਾਨ ਚ ਪੂਰੀਆਂ ਬਰਾਦਰੀਆਂ ਦੀਆਂ ਬਰਾਦਰੀਆਂ ਕਿਹੜੀਆਂ ਸੀ ਉਹ ਸਾਰੀਆਂ ਕੋਈ ਵਜ਼ੀਰ ਸੀ ਕੋਈ مشیر ਸੀ ਤੇ ਕੋਦੋਂ ਮੇ ਕਰਪਸ਼ਨ ਦੀ ਗੱਲ ਹੁੰਦੀ ਸੀ ਉਹ ਉਪਰ ਆ ਜਾਂਦੇ ਸਾਰੇ ਆ ਜਾਂਦੇ ਸੀ ਕਿਉਂਕਿ ਸਾਰਾ ਮਲਾਉਨਾ ਦਾ ਸੀ ਵਜ਼ੀਰ ਸਾਰੇ ਉਹ ਆਪ ਸੀ ਬਾਸ਼ਾ ਸਲਾਮੇ ਕਟਾ ਸੀ ਨਾ ਇਸ ਕੋਈ ਮਸਲਾ ਹੱਲ ਨਹੀਂ ਕਰ پا ਰਹੇ ਸੀ ਇਹਨੇ ਬੜੇ ਟੈਂਸ਼ਨ ਸੀ ਬੜਾ ਪਰੇਸ਼ਾਨ ਸੀ ਉਹ ਇੱਕਦਮ ਨੇ ਇੱਕ ਆਰਡਰ ਕੀਤਾ ਬਿਨਾ ਅੱਜ ਬਗੀ ਤਿਆਰ ਕਰੋ ਅੱਜ ਆਪਾਂ ਆਉਟਿੰਗ ਤੇ ਜਾਣਾ ਉਹ ਲੋ ਜੋ ਬਗੀ ਤਿਆਰ ਕਰ ਦਿੱਤੀ ਗਈ ਉਹ ਸਾਰੇ ਕੜੇ ਸੀ ਉਹਦੇ ਗਨਮੈਨ ਸੀ ਹੁੰਦੇ ਸਕਵਾਡਸ ਸੀ ਹੁੰਦਾ ਉਹ ਨਾਟ ਵਰਪਿਆ ਬਾਤਸਲਾਮ ਅਕਬਰ ਬਾਤ ਜਾ ਰਹੇ ਸੀ ਦੇਖਿਆ ਕਿ ਇੱਕ ਬੰਦਾ ਜਾ ਰਿਹਾ ਉਹਦੇ ਅੱਗੇ 30 ਖੋਤੇ ਘੜੇ ਨੇ 30 ਖੋਤੇ ਦੀ ਲੇਨ ਬਣੀ ਹੈ ਮਤਲਬ ਕਿ ਉਹ ਮਗਰ ਕੱਲਾ ਹੀ ਬੰਦਾ ਜਾ ਰਿਹਾ ਉਹਨੇ ਉਹਨੂੰ ਉਹਨਾਂ ਦੇ ਬਗਰੇ ਰੋਕੋ ਬਗਰੇ ਉੱਤੇ ਦੇ ਕੇ ਉਹਨਾਂ ਦੇ ਨੂੰ ਬੁਲਾਓ ਬੁਲਾ ਕੇ ਉਹਨੂੰ ਪੁੱਛਿਆ ਵੀ ਯਾਰ ਬੜਾ ਡਿਸਪਲਨ ਹੈ ਖੋਤੇ ਨੇ ਚ ਤੇ ਕੀ ਕਰਨਾ ਹੈ ਤਾਂ ਨਸਾ ਕੁਝ ਵੀ ਨਹੀਂ ਕੁਝ ਵੀ ਨਹੀਂ ਮੈਂ ਕੀ ਕਰਨਾ ਖੋਤੇ ਲੈਂਡ ਬਣਾ ਕੇ ਜਾ ਰਹੇ ਨੇ ਕਿਹੜਾ ਖੁਦ ਅੱਗੇ ਪਿੱਛੇ ਹੁੰਦਾ ਹੈ ਅਡਾਂਗ ਮੇਰੇ ਕੋਹਰੋਂ ਦੇ ਵਿੱਚ ਸੱਚ ਮਾਰ ਦੇਣਾ ਬਸ ਖੋਤਾ ਸਿੱਧਾ ਹੋ ਜਾਂਦਾ ਉਹਨਾਂ ਕ ਬੰਦਾ ਤੁਹਾਨੂੰ ਇੰਟਰਸਟਿੰਗ ਹੈ ਅੱਛਾ ਗੱਲ ਸੁਣਨਾ ਅਗਰ ਤੈਨੂੰ ਸੀ ਬਾਦਸ਼ਾਹ ਬਣਾ ਦਈਏ ਤੇ ਤੂੰ ਉਹ ਕਮਰਾ ਨਹੀਂ ਕਰ ਲੇਗਾ ਉਹਨੇ ਕਹਿੰਦੀ ਮੈਂ ਖੋਤੇ ਸਿੱਧੇ ਕਰ ਦਿੱਤੇ ਤੇ ਬੰਦੇ ਸਿੱਧੇ ਕਰਨੇ ਕਿਹੜਾ ਮੁਸ਼ਕਲ ਕੰਮ ਹੈ ਉਹਨੇ ਕਿਹਾ ਇਹ ਗੱਲ ਮੇਰੇ ਜਿੰਜ ਰੱਖ ਕਿ ਉੱਥੇ ਬੜੀ ਕਰਾਪਸ਼ਨ ਹੈ ਬੇਰੋਜ਼ਗਾਰੀ ਬਹੁਤ ਹੈ ਮੁਲਕ ਦੇ ਹਾਲਾਤ ਠੀਕ ਨਹੀਂ ਹੈਗੇ ਕਿਸ ਨੂੰ ਹਰ ਬੰਦਾ ਕਿਸ ਨੂੰ ਕੋਈ ਇੱਕ ਫੜਾਈ ਫਰਾਣ ਵਾਲਾ ਦੁੱਧ ਚੜਾਣ ਵਾਲਾ ਕੋਈ ਸਮਝ ਨਹੀਂ ਆ ਰਹੀ ਉਹਨੇ ਕਹ ਸਰ ਗੱਲ ਸੁਣ ਮੇਰੀ ਬਾਦਸ਼ਾਹ ਮੈਂ ਬਣ ਜਾਣਾ ਪਰ ਮੇਰੀ ਇੱਕ ਸ਼ਰਤ ਹੈ ਬੜੀ ਹੈ ਉਹਨੇ ਕਿਹਾ 10 ਉਨੇ ਕਿ ਜੀ ਨੂੰ ਦੇਖੋ ਮੇਰੇ ਕਿਸੇ ਵੀ ਕੰਮ ਚ ਇੰਟਰਫੇਅਰ ਨਹੀਂ ਕਰਨਾ ਮੇਰੇ ਕਿਸੇ ਵੀ ਕੰਮ ਚ ਤੁਸੀਂ ਮੈਂ ਸਾਈ ਕਰਾਂ ਮੈਂ ਸਫੈਦੀ ਕਰਾਂ ਇੰਟਰਫੇਅਰ ਨਹੀਂ ਕਰਨਾ ਇਹ ਮੈਨੂੰ ਤੁਸੀਂ ਡਨ ਕਰ ਲਓ ਮੈਨੂੰ ਢੀਲ ਕਰ ਲਓ ਤੇ ਆਪਾਂ ਸਵੇਰੇ ਸਦਾ ਸੀਟ ਸੰਭਾਲ ਲੈਣੇ ਆ ਬਾਅਦ ਚ ਮੈਂ ਪਹਿਲੇ ਸੋਚਿਆ ਵੀ ਯਾਰ ਇਹ ਮਤਲਬ ਕਿ ਫਿਰ ਉਹ ਸੋਚਾ ਚ ਦੇਖੀ ਜਾਏਗੀ ਜੋਬ ਹੀ ਆਇਆ ਨਾ ਕਿਉਂਕਿ ਖੁਦ ਪਰੇਸ਼ਾਨ ਸੀ ਕੁਝ ਕਹਿ ਸਕਦਾ ਨਹੀਂ ਸੀ ਕਿਸੇ ਨੂੰ ਨਾ ਸਾਰੇ ਉਹਦੇ ਰਿਸ਼ਤੇਦਾਰ ਸੀ ਸਾਰ ਜ਼ਹਾਰ ਹੈ ਉਹਨੇ ਆਪਣੇ ਆਪਣੇ ਕਿੰਨੂੰ ਕਿੰਨਾ ਕੁ ਠੀਕ ਕਰ ਲੰਦਾ ਉਹ ਉਹਨੇ ਹੈਗਾ ਜੀ ਠੀਕ ਲਿਖ ਦਿਓ ਜੀ ਉਹ ਲੋਜ ਉਹਨਾਂ ਨੇ ਲਿਖਾ ਲਿਆ ਨੇ ਮੈਨੇ ਕਿ ਕਿਹੜਾ ਸੀ ਤਖਾਨ ਤੋਂ ਬਾਅਦ ਜਦੋਂ ਆਰਡਰ ਕਰਤੇ ਲੋ ਜੀ ਉਹ ਬੰਦਾ ਬਾਦਸ਼ਾਹ ਬਣ ਗਿਆ ਪਹਿਲਾ ਦਿਨ ਆਇਆ ਜੀ ਦਰਬਾਰ ਲੱਗ ਗਿਆ ਲੱਗਣ ਤੋਂ ਬਾਅਦ ਕੀ ਹੋਇਆ ਕਿ ਨਾ ਇੱਕ ਕੇਸ ਆ ਗਿਆ ਚੋਰੀ ਦਾ ਉਹਨਾਂ ਦੋਨੇ ਪਾਰਟੀਆਂ ਨੂੰ ਸੁਣਿਆ ਸੁਣ ਕੇ ਉਹਨੇ ਕੀ ਕਿਹਾ ਉਹਨੇ ਕਿਹਾ ਵੀ ਨਾ ਚੋਰ ਤੇ ਹੱਥ ਕੱਟ ਦਿਓ ਉਹ ਕਿਹੜਾ ਵਜ਼ੀਰ ਆਜ਼ਮ ਸੀ ਉਹਨਾਂ ਦੇ ਪ੍ਰਾਈਮ ਮਿੰਿਸਟਰ ਸੀ ਉਹਨੇ ਆਪਣੇ مشیر ਨੇ ਭੇਜਿਆ ਬੈਨ ਸਮਝਾਇਆ ਯਾਰ ਚੋਰੀ ਕੀਤੀ ਫਿਰ ਕੀ ਹੋਇਆ ਤੇ ਹੱਥ ਕੱਟਣਾ ਤਾਂ ਕੋਈ ਦੁੱਖ ਨਹੀਂ ਹੈਗਾ ਵੀ ਹੱਟ ਹੱਥ ਕੱਟ ਦਿਓ ਜੀ ਉਹ ਗਿਆ ਉਹਨੇ ਕੋਈ ਸਰ ਵਜ਼ੀਰ ਆਜ਼ਮ ਸਾਹਿਬ ਦਾ ਖਾਸ ਬੰਦਾ ਕਿ ਰਹਿਮ ਕਰੋ ਕਿ ਪਿਆਰ ਕਰੋ ਮੈਂ ਤਾਂ ਚੋਰੀ ਕੀਤੀ ਫਿਰ ਕੀ ਹੋਇਆ ਉਹਨੇ ਫਿਰ ਕਿਹਾ ਉਹਨੇ ਕਹਿੰਦਾ ਹੱਥ ਕੱਟ ਦਿਓ ਉਹਨੇ ਵੇਖਿਆ ਉਹ ਵੇਖਦਾ ਪਿਆ ਸੀ ਪ੍ਰਾਈਮ ਮਿੰਿਸਟਰ ਹੀ ਬੈਠਾ ਸੀ ਸਾਰੇ ਬੈਠੇ ਸੀ ਦਰਬਾਰ ਲੱਗਿਆ ਸੀ ਨਾ ਬਕਾਇਦਾ ਉਹਨੇ ਫਿਰ ਉਹਨੂੰ ਕਿਹਾ ਉਹਨੇ ਕਿਹਾ ਵੀ ਸਾਰਾ ਉਹਨੇ ਉਹਨੇ ਵਾਪਸ ਚਲਾ ਕੇ ਉਹਨੇ ਆਪਣਾ ਕਿਹੜਾ ਵਜ਼ੀਰ ਭੇਜਤਾ ਵਜ਼ੀਰ ਨੇ ਆ ਗਿਆ ਸਕਨ ਚ ਆ ਕੇ ਜ਼ੋਰ ਕਿ ਪਿਆਰ ਕਰੋ ਕੋਈ ਗੱਲ ਨਹੀਂ ਫਿਰ ਕਿਉਂ ਚੋਰੀ ਕਰ ਲਈ ਤੇ ਸਾਰਾ ਮੁਲਕ ਹੀ ਚੋਰਾਂ ਦਾ ਮਤਲਬ ਹਰ ਬੰਦਾ ਚੋਰੀ ਕਰੀ ਜਾਂਦਾ ਤੁਸੀਂ ਇੰਨੇ ਹੱਥ ਕਟਵਾਈ ਜਾਂਦੇ ਹੋ ਉਹਨੇ ਫਿਰ ਕਿਹਾ ਕੋ ਬਾਦਸ਼ਾਹ सलामत ਨੇ ਉਹਨੇ ਕਿਹਾ ਨਹੀਂ ਹੱਥ ਕੱਟਦੇ ਕੋਨ ਨੂੰ ਸਾਰੇ ਵੇਖਿਆ ਨਾ ਵੀ ਇਹ ਦੁਕਾਨ ਜ਼ਾਹਰੋ ਬਾਦਸ਼ਾਹ ਸੀ ਉਹਦਾ ਹੁਕਮ ਮੰਨਿਆ ਜਾਣਾ ਸੀ ਨਾ ਸਰ ਕੋਕੋਨ ਨੂੰ ਪੂਰੀ ਐਡਰੈਸ ਹੀ ਹੁੰਦੀ ਕੋਦੋਂ ਦੇਖਿਆ ਨਾ ਵੀ ਇਹ ਕੰਮ ਗਰਾਬ ਹੋ ਰਿਹਾ ਨਹੀਂ ਸਹੀ ਹੋ ਰਿਹਾ ਪ੍ਰਾਈਮ ਮਿੰისტਰ ਸਾਹਿਬ ਆਪ ਉੱਠ ਕੇ ਆ ਗਏ ਆ ਕੇ ਉਹਨਾਂ ਨੇ ਕਿਹਾ ਵੀ ਹਜ਼ੂਰ ਮੇਰਾ ਭਤੀਜਾ ਕਿਉਂ ਜਾਤੀ ਕਿਉਂ ਜ਼ੁਲਮ ਕਰ ਰਹੇ ਹੋ ਉਹਨੇ ਇਸ ਤਰ੍ਹਾਂ ਵੇਖਿਆ ਵਜ਼ੀਰ ਅਜ਼ਮ ਵੱਲ ਦੇਖ ਕੇ ਤੁਹਾਨੂੰ ਕਹਿੰਦਾ ਆਰਡਰ ਕਰ ਦਿੰਦਾ ਕਿ ਇਹਦੇ ਹੱਥ ਕੱਢ ਦਿਓ ਤੋਂ ਵਜ਼ੀਰ ਆਜ਼ਮ ਦੀ ਜ਼ਬਾਨ ਕੱਟ ਦਿਓ ਇਨੀ ਕੇ ਚੋਰ ਦੇ ਹੱਥ ਕੱਟ ਦਿਓ ਤੇ ਵਜ਼ੀਰ ਆਜ਼ਮ ਦੀ ਜ਼ਬਾਨ ਕੱਟ ਦਿਓ ਉਹ ਬਾਦਸ਼ਾਹ ਸੀ ਕਿਉਂਕਿ ਉਹਨੂੰ ਲੇਖ ਦਿੱਤਾ ਹੋਇਆ ਸੀ ਆਰਡਰ ਸੀ ਜਲਾਦ ਦਾ ਜੋ ਉਹਨੇ ਕਹਿਣਾ ਸੀ ਜਲਾਦ ਨੇ ਉਹ ਹੀ ਮੰਨਣਾ ਸੀ ਨਾ ਲਓ ਜੀ ਉਹਨਾਂ ਨੇ ਉਹਦੇ ਹੱਥ ਕੱਟ ਦਿੱਤੇ ਚੋਰ ਦੇ ਤੇ ਵਜ਼ੀਰ ਆਜ਼ਮ ਦੀ ਜ਼ਬਾਨ ਕੱਟ ਦਿੱਤੀ 5 ਮਿੰਟ ਦੇ ਵਿੱਚ 5 ਮਿੰਟ ਦੇ ਵਿੱਚ ਮੁਲਕ ਠੀਕ ਹੋ ਗਿਆ ਇਨਕੇ ਨੈਕਸਟ ਕੁਝ 5 ਮਿੰਟ ਸੀ ਮਲਕ ਰੈਡੀ ਹੋ ਗਿਆ ਬਿਲਕੁਲ ਲੈਂਚ ਆ ਗਿਆ ਸਾਨੂੰ ਚਾਹੀਦਾ ਐਵੇਂ ਦਾ ਹੁਕਮ ਰਾ ਕਿਹੜਾ ਸਖਤ ਹੋਵੇ ਫਿਰ ਮਲਕ ਚਲਾ ਸਕਦੇ ਹੋ ਤੁਸੀਂ ਐਵੇਂ ਨਹੀਂ ਤੁਸੀਂ ਮਲਕ ਚਲਾ ਸਕ ਲੋਜੀ ਆਜ ਦੇ ਵੀਲੋਗ ਚੰਨਾਈ ਆਪਣਾ ਖਿਆਲ ਰੱਖੋ ਨੈਕਸਟ ਵੀਡੀਓ ਤੱਕ ਇਜਾਜ਼ਤ ਦਿਓ ਅੱਲਾ ਹਾਫਿਜ਼